ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੁਨੀਤ। ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ ਤਕਨੀਕ ਦੇ ਜ਼ਰੀਏ, ਤਕਨੀਕ ਦੇ ਮਾਧਿਅਮ ਦੇ ਨਾਲ, ਤੇ ਸਾਡੇ ਨਾਲ ਬੜੇ ਜ਼ਹੀਨ ਪੱਤਰਕਾਰ ਨੇ, ਤੁਸੀਂ ਸਾਰੇ ਜਾਣਦੇ ਹੋ, ਮੰਨਿਆ ਪਰਮੰਨਿਆ ਚਿਹਰਾ ਹੈਗਾ ਨਾਸਿਰ ਢਿੱਲੋਂ, ਸਾਡੇ ਨਾਲ ਜੁੜੇ ਹੋਏ ਨੇ। ਤੇ ਇਸ ਵਕਤ ਤੇ ਨਾ ਸਿਰਫ ਪਾਕਿਸਤਾਨ ਦੇ ਵਿੱਚ, ਪਿੱਛੇ ਜਿਹੜੇ ਚਿੜੀਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ, ਬਹੁਤ ਸਾਰੀਆਂ ਆ ਰਹੀਆਂ ਨੇ, ਮੈਂ ਅੰਦਰ ਹਾਂ ਤਾਂ ਕਰਕੇ ਆ ਨਹੀਂ ਰਹੀਆਂ, ਲੇਕਿਨ ਜੇ ਭਾਰਤ ਦੀ ਗੱਲ ਕਰੀਏ, ਅਸੀਂ ਥੋੜੀ ਦੇਰ ਪਹਿਲਾਂ ਗੱਲ ਹੀ ਕਰ ਰਹੇ ਸੀ ਨਾਸਿਰ ਸਾਹਿਬ ਨਾਲ ਕਿ ਚਿੜੀਆਂ ਬੜੀਆਂ ਖੁਸ਼ ਲੱਗ ਰਹੀਆਂ ਨੇ। ਮਨੁੱਖਤਾ ਦੇ ਵਿੱਚ ਭਾਵੇਂ ਰੌਲਾ ਪਿਆ ਪਰ ਨੇਚਰ ਜਿਹੜੀ ਹੈ ਉਹ ਕੁਛ ਹੋਰ ਹੀ ਹਾਮੀ ਭਰ ਰਹੀ ਹੈਗੀ ਇਸ ਵਕਤ ਦੇ ਵਿੱਚ। ਜੇ ਹਾਲਾਤਾਂ ਤੇ ਆਈਏ, ਚਿੜੀਆਂ ਦੀ ਗੱਲ ਆਪਾਂ ਬਾਅਦ ਚ ਕਰਦੇ ਹਾਂ, ਪਰ ਹਾਲਾਤ ਜਿਹੜੇ ਨੇ ਇਸ ਵਕਤ ਤੇ ਬਦਤਰ ਹੋਏ ਪਏ ਆ। ਪਾਕਿਸਤਾਨ ਦਾ ਕੀ ਹਾਲ ਜੀ? ਸਾਰਿਆਂ ਨੂੰ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਮਧੂ ਕੀਤਾ ਪ੍ਰੋਗਰਾਮ ਦੇ ਵਿੱਚ। ਸਾਰਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇਸ ਵੇਲੇ ਪਾਕਿਸਤਾਨ ਦੇ ਸ਼ਹਿਰ ਲਾਇਲਪੁਰ ਦੇ ਵਿੱਚ ਬੈਠਾ ਜੀ, ਫੈਸਲਾਬਾਦ ਜੀ ਦਾ ਨਵਾਂ ਨਾਂ। ਇਸ ਵੇਲੇ ਜੇ ਕਰੋਨਾ ਦੀ ਆਪਾਂ ਗੱਲ ਕਰਦੇ ਹਾਂ, ਕੋਵਿਡ 19 ਦੀ, ਤੇ ਤਕਰੀਬਨ 2300 ਦੇ ਕੋਲ ਜਿਹੜੇ ਕੇਸਿਸ, ਕਨਫਰਮ ਕੇਸਿਸ ਜਿਹੜੇ ਨੇ ਪਾਕਿਸਤਾਨ ਦੇ ਵਿੱਚ ਆ ਚੁੱਕੇ ਨੇ। ਰੋਜ਼ਾਨਾ ਦੀ ਬੁਨਿਆਦ ਤੇ ਗੱਲ ਕਰਾਂ, ਰੋਜ਼ਾਨਾ ਅਪਡੇਟ ਵੇਂਦੇ ਰਹੀਦਾ, ਤਕਰੀਬਨ 200-300 ਕੇਸਿਸ ਜਿਹੜੇ ਸਾਹਮਣੇ ਆ ਰਹੇ ਨੇ। ਜੇ ਆਪਾਂ ਕਪੈਸਿਟੀ ਦੀ ਗੱਲ ਕਰਦੇ ਹਾਂ, ਕਪੈਸਿਟੀ, ਟੈਸਟਿੰਗ ਕਪੈਸਿਟੀ ਪਾਕਿਸਤਾਨ ਦੇ ਵਿੱਚ ਵੱਧ ਤੋਂ ਵੱਧ 400-500, ਤੇ ਉਹਦਾ ਮਤਲਬ ਵੀ ਅੱਧੇ ਕੇਸਿਸ ਜਿਹੜੇ ਉਹ ਸਾਹਮਣੇ ਪੋਜ਼ਿਟਿਵ ਆ ਰਹੇ ਨੇ। ਤੇ ਇਹਦੇ ਵਿੱਚ ਹਾਲਾਤ ਪੰਜਾਬ ਦੀ, ਜੇ ਆਪਾਂ ਇਕੱਲੇ ਪੰਜਾਬ ਦੀ ਮੈਂ ਗੱਲ ਕਰਦਾ, ਪੰਜਾਬ ਦੀ ਆਬਾਦੀ 12-13 ਕਰੋੜ ਆ ਪਾਕਿਸਤਾਨ ਪੰਜਾਬ ਦੀ। ਪਹਿਲੇ ਦਿਨਾਂ ਤੋਂ ਜੇ ਸਟਾਰਟ ਕਰ ਲਈਏ, ਪਹਿਲੇ ਦਿਨਾਂ ਦੇ ਵਿੱਚ ਕੇਸਿਸ 5-6 ਦਿਨ ਪਹਿਲਾਂ 2-3-4 ਕੇਸਿਸ ਸੀ, ਹੁਣ ਪੰਜਾਬ ਸਾਰਿਆਂ ਨੂੰ ਉੱਤੇ ਚਲਾ ਗਿਆ। 700 ਕੁਛ ਕੇਸਿਸ ਜਿਹੜੇ ਨੇ ਇਸ ਵੇਲੇ ਪੰਜਾਬ ਦੇ ਸਾਹਮਣੇ ਨਜ਼ਰ ਆਉਣ ਦੇ ਸਾਹਮਣੇ ਜੀ 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 ਅਸੀਂ ਕਿਉਂਕਿ ਅਸੀਂ ਥੋੜੀ ਦੇਰ ਪਹਿਲਾਂ ਹੀ, ਜੇ ਆਪਾਂ ਗੱਲ ਕਰੀਏ ਭਾਰਤ ਦੀ, ਤੇ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਜਿਹੜੇ ਮੰਤਰੀ ਹੈਗੇ ਆ ਉਹਨਾਂ ਨਾਲ ਉਹਨਾਂ ਨੇ ਵੀਡੀਓ ਕਾਲ ਕੀਤੀ ਆ, ਵੀਡੀਓ ਕਾਨਫਰੰਸਿੰਗ ਕੀਤੀ ਆ, ਤੇ ਇੱਕ ਬੜਾ ਹੀ ਮੋਰਲ ਗਰਾਊਂਡਸ ਦੇ ਉੱਤੇ ਵੀਡੀਓ ਜਨਤਾ ਦੇ ਸਾਹਮਣੇ ਵੀ ਆਈ ਹੈਗੀ ਆ, ਜਿਸ 'ਚ ਉਹ ਕਹਿ ਰਹੇ ਨੇ ਕਿ ਅਸੀਂ ਰਲ ਕੇ ਲੜਾਂਗੇ, ਤੇ ਨਾਲੋ ਨਾਲ ਇੱਕ ਚੀਜ਼ ਦਾ ਜ਼ਿਕਰ ਕੀਤਾ ਹੈਗਾ ਕਿ ਲੋਕ ਜਿਹੜਾ ਉਹ ਸੰਜੀਦਗੀ ਦੇ ਨਾਲ ਨਹੀਂ ਲੈ ਰਹੇ। ਮੈਨੂੰ ਪਤਾ ਲੱਗਿਆ ਕਿ ਪਾਕਿਸਤਾਨ ਦੇ ਵਿੱਚ ਵੀ ਤਰੀਕ ਜਿਹੜੀ ਆ 14 ਕਰ ਦਿੱਤੀ ਗਈ ਆ, 14 ਅਪ੍ਰੈਲ ਕਰ ਦਿੱਤੀ ਗਈ ਆ, ਵਾਧਾ ਕਰ ਦਿੱਤਾ ਗਿਆ ਤਰੀਕ ਦੇ ਵਿੱਚ, ਤੇ ਲੋਕ ਜਿਹੜੇ ਨੇ, ਜਿਹੜਾ ਆਵਾਮ ਹੈ ਉਹ ਕਿਸ ਤਰ੍ਹਾਂ ਦੇ ਨਾਲ, ਕਿਉਂਕਿ ਇੱਥੇ ਸੰਜੀਦਗੀ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਪਰ ਓਨੀ ਜ਼ਿਆਦਾ ਨਹੀਂ, ਪਾਕਿਸਤਾਨ ਦਾ ਕੀ ਹਾਲ ਹੈ, ਲੋਕ ਮੰਨ ਰਹੇ ਨੇ ਘਰਾਂ ਦੇ ਵਿੱਚ ਨੇ? ਦੇਖੋ ਜੀ, ਇੱਥੇ ਵੀ ਹਾਲਾਤ ਤੇ ਲੋਕਡਾਊਨ 14 ਦਿਨ ਦਾ ਵਧਾ ਦਿੱਤਾ ਗਿਆ। ਉਹਦੇ ਮੈਂ ਲੋਕਡਾਊਨ 'ਚ ਦੱਸਦਾ, ਥੋੜ੍ਹੀ ਜਿਹੀ ਨਰਮੀ ਇਸ ਤਰ੍ਹਾਂ ਕੀਤੀ ਗਈ ਕਿ ਕਣਕ ਦੀ ਕਟਾਈ ਜਿਹੜੀ ਆ ਰਹੀ ਹੈ ਉਹਦੀ ਵਜ੍ਹਾ ਨਾਲ ਉਹਦੇ ਰਿਲੇਟਡ ਜਿਹੜੀ ਜਿਹੜੇ ਸ਼ੋਭੇ ਨੇ ਮਸ਼ੀਨਰੀ ਦਾ ਜਾਂ ਜਿਹੜੇ ਤਿਆਰ ਕਰਦੇ ਨੇ ਉਹ ਇੰਡਸਟਰੀ, ਉਹਨੂੰ ਛੂਟ ਦਿੱਤੀ ਗਈ ਜਾਂ ਖੋਲ ਦਿੱਤੀ ਗਈ, ਕਿਉਂਕਿ ਕਟਾਈ ਦੇ ਦਿਨ, ਵਾਢੀ ਦੇ ਬਹੁਤ ਦਿਨ ਲੱਗ ਗਏ ਹੈਗੇ। ਬਾਕੀ ਆਵਾਮ ਦੀ ਗੱਲ ਕਰਦੇ ਹਾਂ, ਮੈਂ ਰੋਜ਼ਾਨਾ ਕਹਿੰਦਾ ਹੁੰਦਾ ਕਿ ਆਵਾਮ ਸਾਡੀ ਕੁਛ ਅਵੇਅਰ ਇੰਨੀ, ਜਿਹੜੀ ਪਿੰਡਾਂ ਥਾਵਾਂ ਦੀ ਗੱਲ ਕਰਦਾ ਵੀ ਇੰਨੀ ਆਵਾਮ ਦੇ ਵਿੱਚ ਅਵੇਅਰਨੈਸ ਨਹੀਂ ਹੈ, ਲੋਕ ਥੋੜ੍ਹੇ ਜਿਹੇ ਭੋਲੇ ਨੇ, ਜੇ ਆਪਾਂ ਅਨਐਜੂਕੇਟਡ ਕਹਿ ਦਾਂਗੇ ਤਾਂ ਉਹ ਵੀ ਗਲਤ ਗੱਲ ਹੋਏਗੀ, ਕਿਉਂਕਿ ਬੁਰਾ ਜਿਹਾ ਔਕਵਰਡ ਜਿਹਾ ਲੱਗਦਾ। ਲੋਕਾਂ 'ਚ ਅਵੇਅਰਨੈਸ ਦੀ ਘਾਟ ਆ, ਲੋਕ ਉਵੇਂ ਤੁਰੇ ਫਿਰਦੇ ਆ, ਕੋਈ ਕਿਸੇ ਨੂੰ, ਜੇ ਪਿੰਡਾਂ 'ਚ ਗਰਾਊਂਡਾਂ 'ਚ ਆਪਾਂ ਚੱਲ ਜਾਂਦੇ ਹਾਂ ਉਸੇ ਤਰ੍ਹਾਂ ਹੀ ਗਰਾਊਂਡਾਂ 'ਚ ਖੇਡਦੇ ਆ। ਜੇ ਸ਼ਾਦੀ ਵਿਆਹਾਂ ਦੀ ਗੱਲ ਕਰਦੇ ਹਾਂ, ਉਹ ਵਿਆਹਾਂ ਦੇ ਨਿੱਕੇ ਮੋਟੇ ਫੰਕਸ਼ਨ ਵੀ ਚੱਲਦੇ ਆ, ਪੁਲਿਸ ਤੇ ਬਾਕੀ ਕਾਨੂੰਨ ਨਾਫਜ਼ ਕਰਨ ਵਾਲੇ ਅਦਾਰੇ ਕੋਸ਼ਿਸ਼ ਤੇ ਪੂਰੀ ਕਰ ਰਹੇ ਨੇ ਇਹਨਾਂ ਨੂੰ ਘਰਾਂ ਤੱਕ ਮਹਦੂਦ ਰੱਖਿਆ ਜਾਵੇ, ਲੇਕਿਨ ਮੇਰਾ ਖਿਆਲ ਹੈ ਲੋਕ ਹਾਲੇ ਤੱਕ ਇਹਨੂੰ ਸਮਝਣ ਲਈ ਤਿਆਰ ਨਹੀਂ ਆਏ ਤੇ ਕੁਛ ਸੀਰੀਅਸ ਨਹੀਂ ਲੈ ਰਹੇ। ਅਭੀ ਜਿਸ ਤਰ੍ਹਾਂ ਆਵਾਗਾਉਣ ਦੀ ਗੱਲ ਕਰ ਦਿੰਦੇ ਆ ਵੀ ਕੋਈ ਗੱਲ ਨਹੀਂ, ਕੀ ਹੋ ਜਾਣਾ ਵਾ, ਕੀ ਹੋ ਚੱਲਾ ਵਾ, ਮੈਨੂੰ ਨਹੀਂ ਹੋਣਾ, ਫਲਾਣੇ ਨੂੰ ਨਹੀਂ ਹੋਣਾ, ਇਹਦਾ ਇਹਦੇ ਵਿੱਚ ਸਾਰਿਆਂ ਨਾਲ ਵੱਡੀ ਇਸ ਵਾਇਰਸ ਦੀ ਜਿਹੜੀ ਪ੍ਰੋਬਲਮ ਹੈ, ਹਿਊਮਨ ਟਰੈਵਲਰ ਹੈ ਮੇਰਾ ਖਿਆਲ, ਜਿਹੜਾ ਇਨਸਾਨਾਂ ਤੋਂ ਦੂਜੇ ਇਨਸਾਨਾਂ ਤੱਕ ਟਰੈਵਲ ਕਰਦਾ। ਸੋ ਮੈਂ ਅਕਸਰ ਆਪਣੀ ਗੱਲ ਹੁੰਦੀ ਆ ਚੈਨਲ ਦੇ ਰਾਹੀਂ, ਕੋਸ਼ਿਸ਼ ਕਰੀਏ ਆਪਾਂ ਇਹ ਨਾ ਵੇਖੀਏ ਵੀ ਯਾਰ ਮੈਨੂੰ ਲੱਗ ਜੂਗਾ, ਮੈਂ ਆਪਣੀ ਗੱਲ ਕਰਾਂ, ਮੇਰੀ ਤਾਂ ਖੈਰ ਆ, ਮੇਰੇ ਨਾਲ ਜੁੜੇ ਕਿੰਨੇ ਲੋਕ ਨੇ, ਮੇਰੀ ਫੈਮਿਲੀ ਆ, ਮੇਰੇ ਵਾਲਦੈਨ ਨੇ, ਬੱਚੇ ਨੇ, ਜਾਂ ਮੇਰੇ ਆਂਢ ਗੁਆਂਢ ਯਾਰ ਦੋਸਤ, ਅਸੀਂ ਉਹਨਾਂ ਦੀ ਜੇ ਫਿਕਰ ਕਰ ਲਈਏ ਕਿ ਕਿਤੇ ਉਹਨਾਂ ਨੂੰ ਲੱਗ ਜੇ। ਸੋ ਇਹਦੇ 'ਤੇ ਆਪਾਂ ਥੋੜ੍ਹਾ ਜਿਹਾ ਕੰਟਰੋਲ ਪਾ ਸਕਦੇ ਹਾਂ। ਆਵਾਮ ਦੀ ਗੱਲ, ਜਨਤਾ ਦੀ ਗੱਲ ਸਾਲੀ ਸਮਝਣ 'ਚ ਥੋੜ੍ਹੀ ਦੇਰ ਕਰਨ ਡਈ ਆ, ਜਿਹੜਾ ਮੇਰਾ ਖਿਆਲ ਹੈ ਸਾਨੂੰ ਸਮਝਣਾ ਚਾਹੀਦਾ। ਅਸੀਂ ਪੰਜਾਬ ਦੇ ਵਿੱਚ 2 ਦਿਨ ਪਹਿਲਾਂ ਦਾ ਹੀ ਕੇਸ ਹੈਗਾ ਕਿ ਇੱਥੇ ਵਿਆਹ ਸੀਗਾ, ਤੇ ਵਿਆਹ ਕਰਨ ਦੇ ਲਈ 2 ਸ਼ਖਸ ਦੇਖੇ ਗਏ, ਇੱਕ ਲਾੜਾ ਸੀ ਤੇ ਇੱਕ ਡਰਾਈਵਰ ਸੀ, ਉਹ 2 ਹੀ ਬੰਦਿਆਂ ਨੂੰ ਜਾਣ ਦਿੱਤਾ ਗਿਆ, ਤੇ ਉਹ ਵੀ ਉਹਨਾਂ ਨੇ ਬਹੁਤ ਜ਼ਿਆਦਾ ਰਿਕੁਐਸਟ ਕੀਤੀ, ਸਮਝਾਇਆ ਕਿ ਅੱਜ ਦੀ ਤਰੀਕ ਜਿਹੜੀ ਆ ਉਹ ਲੁਕੀ ਹੋਈ ਹੈ ਤੇ ਜਾਣਾ ਜ਼ਰੂਰੀ ਹੈ, ਨਹੀਂ ਤੇ ਪਿੱਛੇ 50 ਲੋਕ ਇਕੱਠੇ ਸੀਗੇ ਤੇ ਉਹਨਾਂ ਨੇ ਵਿਆਹ ਹੀ ਕੈਂਸਲ ਕਰਵਾ ਦਿੱਤਾ। ਅੱਜ ਦੀ ਇੱਕ ਖਬਰ ਆਈ ਹੋਈ ਸੀਗੀ ਕਿ ਇੱਕ ਕਾਂਸਟੇਬਲ ਨੇ ਆਪਣਾ ਵਿਆਹ ਜਿਹੜਾ ਹੈ ਉਹੀ ਡਿਲੇ ਕਰਤਾ, ਕਹਿੰਦਾ ਵਿਆਹ ਤਾਂ ਹੁੰਦੇ ਰਹਿਣਗੇ, ਪਹਿਲਾਂ ਆਪਾਂ ਸੇਵਾ ਕਰ ਲਈਏ। ਸੋ ਇਸ ਤਰ੍ਹਾਂ ਦੇ ਜਿਹੜੇ ਵਧੀਆ ਜਾਗਰੂਕਤਾ ਜਿਹੜੀ ਆ ਉਹ ਵੀ ਸਾਹਮਣੇ ਆ ਰਹੀ ਹੈਗੀ ਆ।
ਅਰੇਂਜਮੈਂਟਸ ਦੀ ਗੱਲ ਕਰੀਏ, ਅਮਰੀਕਾ ਕੋਲ ਮਾਸਕ ਦੀ ਕਮੀ ਹੈਗੀ ਆ, ਵੈਂਟੀਲੇਟਰਸ ਦੀ ਕਮੀ ਆ, ਭਾਰਤ ਦੇ ਕੋਲ ਕਮੀ ਹੈਗੀ ਆ, ਪਾਕਿਸਤਾਨ ਚ ਫੈਸਿਲਿਟੀਜ਼ ਦੀ ਗੱਲ ਕਰੀਏ, ਮੈਡੀਕਲ ਫੈਸਿਲਿਟੀਜ਼ ਦੇ ਤੇ ਕੀ ਕਹੋਗੇ ਉਸ ਬਾਰੇ? ਮੈਡੀਕਲ ਫੈਸਿਲਿਟੀਜ਼ ਵੇਖੋ ਜੀ, ਗਵਰਨਮੈਂਟ ਆਪਣੇ ਲੈਵਲ ਤੇ ਕੋਸ਼ਿਸ਼ ਕਰ ਰਹੀ ਆ, ਹੁਣ ਜਿਹੜੇ ਐਕਸਪੋ ਸੈਂਟਰ ਨੇ ਮੁਖਤਲਿਫ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਹਸਪਤਾਲ ਬਣਾ ਦਿੱਤਾ ਗਿਆ, ਆਈਸੋਲੇਸ਼ਨ ਸੈਂਟਰ ਬਣਾਏ ਗਏ ਨੇ, ਫਿਰ ਯੂਨੀਵਰਸਿਟੀਜ਼ ਦੇ ਜਿਹੜੇ ਹੈ ਨੇ ਕੈਂਪਸ ਉਹਨਾਂ 'ਚ ਹੋਸਟਲ ਨੇ ਉਹਨਾਂ ਨੂੰ ਬਣਾਇਆ ਗਿਆ, ਜਾਂ ਉਸ ਤੋਂ ਹਟ ਕੇ ਜੇ ਗੁਰਦੁਆਰਾ ਨਨਕਾਣਾ ਸਾਹਿਬ ਦੀ ਆਪਾਂ ਮੈਂ ਗੱਲ ਕਰਦਾ, ਗੁਰਦੁਆਰਾ ਨਨਕਾਣਾ ਸਾਹਿਬ ਦੇ ਜਿਹੜੇ ਕਮਰੇ ਨੇ ਸਾਰੇ ਉਹਨਾਂ ਨੂੰ ਮੁਖਤਸ ਕਰ ਦਿੱਤਾ ਗਿਆ, ਵੀ ਇਹ ਹੋਸਪਿਟਲ ਦੀ ਸ਼ਕਲ ਦੇ ਦਿੱਤੀ ਗਈ ਆ, ਖੁਦਾ ਨਾ ਖਾਸਤਾ ਇਸ ਤਰ੍ਹਾਂ ਦੀ ਹੋ ਜਾਵੇ। ਕੋਸ਼ਿਸ਼ ਤਾਂ ਪੂਰੀ ਕੀਤੀ ਜਾ ਰਹੀ ਹੈ, ਲੇਕਿਨ ਵੇਖੋ ਸਾਡੇ ਦੋਵਾਂ ਮੁਲਕਾਂ ਦੀ ਜੇ ਆਪਾਂ ਗੱਲ ਕਰਦੇ ਹਾਂ, ਥੋੜ੍ਹੀ ਜਿਹੀ ਘਾਟ ਵੀ ਆ, ਅਸੀਂ ਪਿੱਛੇ ਵੀ ਉਹਨਾਂ ਮੁਲਕਾਂ ਨਾਲੋਂ, ਬਜਟ ਵੀ ਨਹੀਂ ਉਨਾ, ਅਸੀਂ ਸਾਰੀ ਉਮਰ ਮੈਂ ਵਿੱਚ ਗੱਲ ਕੋਟ ਕਰਾਂਗੇ, ਅਸਾਂ ਅਸਲਾ ਖਰੀਦਿਆ ਤੇ ਇੱਕ ਦੂਜੇ ਨੂੰ ਮਾਰਨ ਵਾਲਾ ਸਮਾਨ ਨਹੀਂ ਖਰੀਦਿਆ, ਇਹ ਹਸਪਤਾਲਾਂ ਵਾਲੀ ਜਾਂ ਡਾਕਟਰ ਬਣਾਉਣ ਵਾਲਾ ਆਪਾਂ ਘੱਟ ਹੀ ਤੁਰੇ ਹਾਂ ਜੀ। ਉਹੀ ਉਹੀ ਗੱਲ ਹੈਗੀ ਆ ਕਿ ਅਸੀਂ ਮਤਲਬ ਇਹ ਵੀ ਕਹਿੰਦੇ ਰਹਿੰਦੇ ਹਾਂ ਆਪਣੇ ਆਪ ਨੂੰ, ਮੈਂ ਕਹਿੰਦੀ ਹਾਂ ਵੀ ਖੁਦਾ ਨਾ ਖਾਸਤਾ ਜੇ ਮੈਨੂੰ ਕਰੋਨਾ ਹੋ ਜਾਂਦਾ ਤੇ ਮੈਂ ਤੇ ਤੁਰਦੀ ਫਿਰਦੀ ਹਿਊਮਨ ਬੰਬ ਹੈਗੀ ਆ ਆਪਣੇ ਵਾਸਤੇ, ਆਪਣੇ ਪਰਿਵਾਰ ਵਾਸਤੇ, ਆਸ ਪਾਸ ਦੇ ਜਿਹੜੇ ਦਫ਼ਤਰ ਦੇ ਲੋਕ ਨੇ ਉਹਨਾਂ ਵਾਸਤੇ। ਸੋ ਖੁਦ ਦਾ ਧਿਆਨ ਰੱਖਣਾ ਜਿਹੜਾ ਇਸ ਵਕਤ ਸਭ ਤੋਂ ਜ਼ਿਆਦਾ ਜ਼ਰੂਰੀ ਹੋਇਆ ਪਿਆ। ਸੋਸ਼ਲ ਡਿਸਟੈਂਸਿੰਗ ਨੂੰ ਲੋਕ ਜਿਹੜਾ ਇੱਥੇ ਸਮਝ ਨਹੀਂ ਪਾ ਰਹੇ, ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਨਾਲੋ ਨਾਲ ਇਹ ਹਿਊਮਨ ਡ੍ਰੋਪਲੇਟਸ ਤੋਂ ਫੈਲਦਾ ਹੈਗਾ ਤੇ ਇੱਕ ਦੂਜੇ ਤੋਂ ਦੂਰੀ ਬਣਾਏ ਰੱਖਣਾ ਹੀ ਫਿਲਹਾਲ ਦਾ ਜਿਹੜਾ ਇਲਾਜ ਹੈ। ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਤੇ ਉੱਥੇ ਜਿਹੜੇ ਜਿਵੇਂ ਜਿਹੜੀਆਂ ਡਿਲੀਵਰੀਜ਼ ਨੇ, ਅਸੈਂਸ਼ੀਅਲਸ ਨੇ, ਰੋਜ਼ ਦਾ ਰਾਸ਼ਨ ਪਾਣੀ ਹੈ, ਉੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ? ਇੱਥੇ ਤਾਂ ਜਿਵੇਂ ਕਹਿ ਦਿੱਤਾ ਗਿਆ ਚਲ ਜਿੱਦਾਂ ਦੇ ਵੀ ਇੱਥੇ ਪ੍ਰਬੰਧ ਹੈ ਕਿ ਵੀ ਹੋਮ ਡਿਲੀਵਰੀ ਕੀਤੀ ਜਾਏਗੀ। ਪੰਜਾਬ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੇ ਬੋਰੀਆਂ ਦੇ ਉੱਤੇ ਆਪਣੀਆਂ ਫੋਟੋਆਂ ਜਿਹੜੀਆਂ ਨੇ ਚਿਪਕਾ ਦਿੱਤੀਆਂ ਨੇ ਕਿ ਸਰਕਾਰ ਵੱਲੋਂ ਰਾਸ਼ਨ ਜਿਹੜਾ ਦਿੱਤਾ ਗਿਆ। ਕੁਛ ਇਸ ਤਰ੍ਹਾਂ ਦੇ ਅਰੇਂਜਮੈਂਟਸ ਉੱਥੇ ਵੀ ਕੀਤੇ ਗਏ ਨੇ ਹੋਮ ਡਿਲੀਵਰੀ ਵਾਸਤੇ ਕਿ ਰਾਸ਼ਨ ਦੀ ਦੁਕਾਨ ਤੇ ਉੱਦਾਂ ਲਾਈਨਾਂ ਲੱਗ ਰਹੀਆਂ। ਬਿਲਕੁਲ, ਉਹ ਵੀ ਤੇ ਹੈ। ਉਸ ਤਰ੍ਹਾਂ ਲਾਈਨਾਂ ਦੀ ਗੱਲ ਕਰੀਏ, ਉਸ ਤਰ੍ਹਾਂ ਹੀ ਪੰਜਾਬ ਗਵਰਨਮੈਂਟ ਨੇ ਵੀ ਪਾਕਿਸਤਾਨ, ਬਲਕਿ ਪੂਰੀ ਪਾਕਿਸਤਾਨ ਦੇ ਵਿੱਚ ਪੀਟੀਆਈ ਦੀ ਇਮਰਾਨ ਖਾਨ ਦੀ ਗਵਰਨਮੈਂਟ ਨੇ ਇੱਕ ਟਾਈਗਰ ਕਰੋਨਾ ਰਿਲੀਫ ਦੇ ਨਾਂ ਤੇ ਇੱਕ ਵਲੰਟੀਅਰ ਦੀ ਇੱਕ ਮੁਹਿੰਮ ਚਲਾਈ ਸੀ। ਉਹਦੇ ਵਿੱਚ ਹੁਣ ਤੱਕ ਦੀ ਦੂਸਰਾ ਦਿਨ ਹੈ ਅੱਜ, ਤੇ ਉਹਨਾਂ ਦਾ ਸਰਵਰ ਹੀ ਡਾਊਨ ਹੋ ਗਿਆ, ਇੰਨੇ ਜ਼ਿਆਦਾ ਲੋਕ ਵਲੰਟੀਅਰ ਆਏ। ਤੇ ਲੋਕ ਵੈਸੇ ਤੇ ਗਵਰਨਮੈਂਟ ਵੀ ਕਰ ਰਹੀ ਹੈ, ਲੇਕਿਨ ਉਹ ਥੋੜ੍ਹਾ ਜਿਵੇਂ 4,000 ਇੱਕ ਫੈਮਿਲੀ ਨੂੰ, ਉਹ 4,000 ਬਹੁਤ ਥੋੜ੍ਹਾ। ਵੈਸੇ ਲੋਕ ਹੁਣ ਪਿੰਡਾਂ ਥਾਵਾਂ ਤੇ ਜਾਂ ਸ਼ਹਿਰਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਉਹ ਆਪਣੀ ਮਦਦ ਆਪ ਦੇ ਤਹਿਤ ਲੋਕਾਂ ਨੂੰ ਰਾਸ਼ਨ ਜਿਹੜਾ ਪਹੁੰਚਾ ਰਹੇ ਨੇ। ਇੱਕ ਬੜੀ ਵਧੀਆ ਗੱਲ ਹੈ, ਮੈਂ ਕਹਿੰਦਾ ਨਾ ਵੀ ਗਵਰਨਮੈਂਟ ਕਹਿ ਰਹੀ ਸੀ ਹੁਣ ਅਸੀਂ ਫੁੱਲ ਕਰਫਿਊ ਨਹੀਂ ਕਰ ਸਕਦੇ, ਕਿਉਂਕਿ ਆਪੋਜੀਸ਼ਨ ਪਾਰਟੀਆਂ ਵੱਲੋਂ, ਸੀਨੀਅਰ ਐਂਕਰਸ ਵੱਲੋਂ, ਸੀਨੀਅਰ ਤਜਜ਼ੀਆਨਗਾਰ ਉਹਨਾਂ ਵੱਲੋਂ ਜ਼ੋਰ ਬਣਾਇਆ ਜਾ ਰਿਹਾ ਸੀ ਕਿ ਤੁਸੀਂ ਇਹਨੂੰ ਕਰਫਿਊ 'ਚ ਕਨਵਰਟ ਕਰੋ ਜਿਹੜਾ ਲੋਕਡਾਊਨ ਹੈ। ਤੇ ਗਵਰਨਮੈਂਟ ਕਹਿ ਰਹੀ ਸੀ ਵੀ ਸਾਡੇ 25% ਜਿਹੜੇ ਗਰੀਬ ਲੋਕ ਨੇ ਜਿਹੜੇ ਹੈਂਡ ਟੂ ਮਾਊਥ ਨੇ, ਉਹ ਰੋਜ਼ ਕਮਾਉਂਦੇ, ਰੋਜ਼ ਖਾਂਦੇ। ਤੇ ਉਹ ਸਾਡੀ ਗੱਲ ਹੁੰਦੀ ਸੀ ਵੀ ਉਹ ਜਿਹੜੇ ਰੋਜ਼ ਕਮਾਉਂਦੇ, ਉਹਨਾਂ ਨੇ ਜਿੱਥੋਂ ਕਮਾਉਣਾ ਉਹ ਤੇ ਸਾਰਾ ਕੁਛ ਬੰਦ, ਉਹ ਫੈਕਟਰੀਆਂ ਬੰਦ, ਉਹ ਕੰਮ ਕੰਸਟਰਕਸ਼ਨ ਦੇ ਕੰਮ ਬੰਦ, ਤੇ ਉਹਨਾਂ ਕਮਾਉਣਾ ਕਿੱਥੋਂ? ਇਹਦੇ ਨਾਲ ਫੁੱਲ ਕਰਫਿਊ ਕਰ ਦਿੱਤਾ ਜਾਵੇ ਤੇ ਉਹ ਚੰਗਾ। ਦੂਜੀ ਗੱਲ, ਰਾਸ਼ਨ ਵਾਲੀ ਗੱਲ ਜਿਹੜੀ ਆ, ਗਵਰਨਮੈਂਟ ਨੇ ਵੀ ਰਿਸਪੋਂਸਿਬਿਲਟੀ ਲਈ ਹੈ, ਲੇਕਿਨ ਲੋਕ ਵੀ ਭਰਪੂਰ ਸਾਥ ਦੇ ਰਹੇ ਨੇ ਆਪਣੇ ਮਾੜੇ ਲੋਕਾਂ ਦਾ। ਜੀ, ਲੋਕ ਵੀ ਦੇ ਰਹੇ ਨੇ, ਇੱਥੇ ਵੀ ਦਾਨੀ ਸੱਜਣ ਜਿਹੜੇ ਨੇ ਉਹ ਬਹੁਤ ਸਾਹਮਣੇ ਆ ਰਹੇ ਨੇ, ਵਲੰਟੀਅਰ ਜਿਹੜੇ ਨੇ ਬਹੁਤ ਸਾਹਮਣੇ ਆ ਰਹੇ ਨੇ। ਹਰਿਆਣਾ ਦੇ ਵਿੱਚ ਤਾਂ ਵਲੰਟੀਅਰ ਕਾਰਡ ਤੱਕ ਬਣ ਗਏ ਕਿ ਜਿਨ੍ਹਾਂ ਨੇ ਵਲੰਟੀਅਰ ਕਰਨਾ ਹੈ ਤੁਹਾਨੂੰ ਕਿਸੇ ਨੂੰ ਕੋਈ ਰੋਕਿਆ ਨਹੀਂ ਜਾਏਗਾ, ਤੁਸੀਂ ਆਪਣਾ ਆਪਦਾ ਜਿਹੜਾ ਅਰੇਂਜਮੈਂਟ ਹੈ ਉਹ ਕਰ ਸਕਦੇ ਹੋ, ਲੋਕਾਂ ਨੂੰ ਵੰਡ ਸਕਦੇ ਹੈਗੇ ਹੋ। ਪਰ ਕੁਛ ਤਸਵੀਰਾਂ ਇਹ ਵੀ ਨਜ਼ਰ ਆਉਂਦੀਆਂ ਜਦੋਂ ਲੰਗਰ ਵੰਡਣ ਲੱਗਦੇ ਹੈਗੇ ਆ, ਉਦੋਂ ਫਿਰ ਇੱਕ ਤੇ ਇੱਕ ਚੜ੍ਹ ਜਾਂਦਾ। ਭੁੱਖ ਵੱਡੀ ਚੀਜ਼ ਹੈ ਨਾ, ਭੁੱਖ ਵੱਡੀ ਚੀਜ਼ ਆ, ਵੀ ਢਿੱਡ 'ਚ ਦਾਣਾ ਨਹੀਂ ਗਿਆ ਹੋਇਆ। ਤੇ ਡਿਲੀਵਰੀਜ਼ ਜਿਹੜੀਆਂ ਨੇ, ਸਰਕਾਰਾਂ ਵਧੀਆ ਕੰਮ ਕਰ ਰਹੀਆਂ, ਕੋਈ ਐਸੀ ਗੱਲ ਨਹੀਂ, ਪਰ ਹਰ ਜਗ੍ਹਾ ਤੇ ਧੁਰ ਤੱਕ ਜਿਹੜਾ ਹੈ ਉਹ ਡਿਲੀਵਰੀਜ਼ ਨਹੀਂ ਪਹੁੰਚ ਪਾ ਰਹੀਆਂ, ਤੇ ਬੰਦੇ ਤੇ ਬੰਦਾ ਚੜ੍ਹ ਜਾਂਦਾ ਹੈਗਾ, ਇੱਥੇ ਵੀ ਲੰਗਰ ਲਾਉਣ ਲੱਗਿਆ ਪਤਾ ਨਹੀਂ ਲੱਗਦਾ ਹੈਗਾ। ਸੋ ਹੁਣ ਜਿਹੜੇ ਵੱਡੇ ਜਿਹੜੇ ਲੋਕ ਨੇ, ਜਿਹੜੇ ਦਾਨੀ ਸੱਜਣ ਨੇ, ਉਹ ਕੀ ਕਰਦੇ ਨੇ, ਪ੍ਰਸ਼ਾਸਨ ਦਾ ਇੱਕ ਬੰਦਾ ਆਪਣੇ ਨਾਲ ਲੈ ਜਾਂਦੇ ਨੇ, ਪੁਲਿਸ ਦਾ ਇੱਕ ਬੰਦਾ, ਦੋ ਬੰਦੇ ਆਪਣੇ ਨਾਲ ਲੈ ਜਾਂਦੇ ਨੇ, ਕਿ ਜਿਸ ਨਾਲ ਸੋਸ਼ਲ ਡਿਸਟੈਂਸਿੰਗ ਜਿਹੜੀ ਆ ਉਹ ਮੇਨਟੇਨ ਰਹਿੰਦੀ ਹੈਗੀ ਆ। ਤੇ ਇਸ ਤਰ੍ਹਾਂ ਦੇ ਅਰੇਂਜਮੈਂਟਸ ਜਿਹੜੇ ਨੇ ਕਿ ਉੱਥੇ ਵੀ ਕੀਤੇ ਜਾਂਦੇ ਨੇ, ਇਸੇ ਤਰ੍ਹਾਂ ਹੀ ਆ ਜੀ। ਇਸ ਤਰ੍ਹਾਂ ਹੁਣ ਥੋੜੀ ਦੇਰ ਪਹਿਲੇ ਵੇਖਣਾ ਸੀ ਇੱਕ ਜਗ੍ਹਾ ਤੇ, ਉਹਨਾਂ ਮੈਨੂੰ ਨਿਊਜ਼ ਤੇ ਇੱਕ ਸੀਨੀਅਰ ਐਂਕਰ ਨੇ ਗੱਲ ਕਰਾਉਣੀ ਸੀ, ਮਰਜਾਲ ਇਸਲਾਮਾਬਾਦ ਦੀ ਗੱਲ ਦੱਸਣ ਰਹੇ ਸੀ ਕਿ ਉਹਨਾਂ ਲੰਗਰ ਲਾਇਆ ਸੀ ਤੇ ਉੱਥੇ 200 ਬੰਦਾ ਇਕੱਠਾ ਹੋ ਗਿਆ ਉਹ ਲੰਗਰ ਲੈਣ। ਉੱਥੇ ਜਿੱਥੇ ਜਿਹਨੂੰ ਨਹੀਂ ਹੋਣਾ ਉੱਥੇ ਉਹਨੂੰ ਵੀ ਹੋ ਜਾਂਦਾ। ਸੋ ਇਹਦੇ ਨਾਲ ਬਿਹਤਰ ਹੈ ਵੀ ਉਹਨਾਂ ਨੂੰ ਜਿੱਥੇ ਜਿੱਥੇ ਹੈ, ਜਿਹੜੇ ਜਿਹੜੇ ਘਰਾਂ 'ਚ ਹੈ ਨੇ, ਉੱਥੇ ਉੱਥੇ ਪਹੁੰਚਾਇਆ ਜਾਵੇ। ਇਹ ਮੇਰਾ ਖਿਆਲ ਹੈ ਬਿਹਤਰ ਹੈ ਕਿ ਤੁਸੀਂ ਇੱਕ ਜਗ੍ਹਾ ਤੇ ਲਾਓਗੇ ਤੇ ਉੱਥੇ ਲੋਕਾਂ ਦਾ ਇਕੱਠ ਜਾਂ ਭੀੜ ਇਕੱਠੀ ਹੋ ਜਾਂਦੀ। ਜੀ, ਤੇ ਨਾਸਿਰ ਜੀ, ਤੁਸੀਂ ਬਾਹਰ ਜਾ ਰਹੇ ਹੋ ਸ਼ੂਟ ਕਰਨ ਦੇ ਲਈ ਜਾਂ ਫਿਰ ਘਰੇ ਰਹਿ ਰਹੇ ਹੋ ਜ਼ਿਆਦਾਤਰ? ਵੇਖੋ ਜੀ, ਅਸੀਂ ਹੁਣ ਤੱਕ ਪਹਿਲੇ 2-4 ਦਿਨ ਤੇ ਅਸੀਂ ਬਿਲਕੁਲ ਜ਼ਰੂਰ ਕੀਤਾ, ਲੇਕਿਨ ਮੈਂ ਕਹਿੰਦਾ ਸਾਰਿਆਂ ਨੂੰ ਪਹਿਲਾਂ ਤੇ ਆਪਣੀਆਂ ਫੈਮਿਲੀ ਆ, ਆਪਣਾ ਆਪ ਆ, ਸਾਡੇ ਆਂਢ ਗੁਆਂਢ ਆ,
ਅਸੀਂ 5 ਦਿਨ ਤੋਂ ਬਿਲਕੁਲ ਕੁਆਰੰਟਾਈਨ ਕੀਤਾ ਆਪਣੇ ਆਪ ਨੂੰ, ਇੱਥੋਂ ਤੱਕ ਆਪਣੇ ਪਾਰਕ ਤੱਕ ਹੀ ਮਹਿਦੂਦ, ਇੱਥੇ ਹੀ ਜਿਹੜੀ ਖਬਰ ਉਹਦੀ ਸਾਂਝ ਕਰ ਲਈ ਦੀ ਹੈ, ਕਿਤੇ ਨਹੀਂ ਗਏ ਜੀ। ਬਲਕਿ ਈਵਨ ਮੇਰੇ ਇੱਥੋਂ ਘਰ ਤੋਂ ਮੇਰਾ ਪਿੰਡ 2 ਕਿਲੋਮੀਟਰ ਦੂਰ ਹੈ, ਅਤੇ ਮੈਂ ਮੇਰੀ ਮਦਰ ਉੱਥੇ ਨੇ, ਮੈਨੂੰ ਅੱਜ 8ਵਾਂ ਦਿਨ ਹੈ ਮੈਂ ਗਿਆ ਹੀ ਨਹੀਂ 2 ਕਿਲੋਮੀਟਰ ਦੂਰ ਦਾ ਸਫ਼ਰ ਕਰਕੇ। ਸੋ ਅਸੀਂ ਦੂਸਰਿਆਂ ਨੂੰ ਦੱਸਦੇ ਹਾਂ, ਤਾਂ ਸਾਨੂੰ ਪਹਿਲਾਂ ਸਾਨੂੰ ਆਪ ਸਮਝਣਾ ਪਵੇਗਾ, ਪਹਿਲਾਂ ਅਸੀਂ ਆਪ ਉੱਥੇ ਅਮਲ ਪੈਰਾ ਹੋਵਾਂਗੇ, ਫਿਰ ਹੀ ਦੂਸਰੇ ਸਾਡੀਆਂ ਗੱਲਾਂ 'ਤੇ ਅਮਲ ਕਰਨਗੇ। ਸੋ ਮੇਰੇ ਪੂਰੇ ਪਿੰਡ 'ਚ ਵੀ ਇਹ ਗੱਲ ਮਸ਼ਹੂਰ ਹੈ ਵੀ ਉਹ ਬਹੁਤ ਸਾਰਿਆਂ ਨਾਲ ਬਹੁਤ ਹੀ ਅਹਿਤਿਆਤ ਕਰਨ ਡਿਆ, ਅਤੇ ਮੈਂ ਰੋਜ਼ ਆਪਣੇ ਪਿੰਡ ਚਾਚੇ ਨੂੰ ਕਹਿ ਕੇ ਐਲਾਨ ਵੀ ਕਰਾਉਂਦਾ, ਅਤੇ ਚਾਚਾ ਮੇਰਾ ਨਾ ਬੜਾ ਉਹ ਢੀਠ ਪੰਜਾਬੀ 'ਚ ਐਲਾਨ ਕਰਾਉਂਦਾ ਹੁੰਦਾ, ਉਹ ਪਿੰਡ ਵਾਲੇ ਉਹ ਪਿੰਡ ਤੋਂ ਬਾਹਰ ਨਾ ਇੱਕ ਸੜਕ ਹੈ ਛੋਟੀ ਜੀ, ਪਿੰਡ ਵਾਲੇ ਉਹ ਪੱਕੀ ਤੋਂ ਬਾਅਦ ਬਾਹਰ ਨਾ ਜਾਇਓ, ਪੱਕੀ ਤੋਂ ਪਰਾਂ ਨਾ ਜਾਇਓ, ਉਹ ਵਾਇਰਸ ਬੜਾ ਤੇਜ਼ੀ ਨਾਲ ਫੈਲਿਆ। ਤੇ ਉਹੀ ਉਹੀ ਗੱਲ ਹੈ, ਸਾਨੂੰ ਵੀ ਇੱਥੇ ਕਹਿੰਦੇ ਹੁੰਦੇ ਸੀ ਨਾ ਬਾਹਰ ਨਹੀਂ ਜਾਣਾ, ਮਾਊ ਆ ਜਾਊਗਾ, ਤੇ ਉਹ ਜਿਹੜਾ ਮਾਊ ਹੈ ਉਹ ਵਾਇਰਸ ਜਿਹੜਾ ਹੈਗਾ ਉਹ ਬਣਿਆ, ਉਹ ਵਾਇਰਸ ਹੀ ਬਣਿਆ, ਮਾਊ ਬਣਿਆ। ਤੇ ਵੈਸੇ ਫਿਰ ਵਕਤ ਜਿਹੜਾ ਹੈ ਉਹ ਕਿਸ ਤਰ੍ਹਾਂ ਗੁਜ਼ਰਦਾ, ਕਿਸ ਤਰ੍ਹਾਂ ਕੁਝ ਕ੍ਰੀਏਟਿਵ ਕਰ ਰਹੇ ਹੋ, ਪਰਿਵਾਰ ਨਾਲ ਟਾਈਮ ਸਪੈਂਡ ਕਰ ਰਹੇ ਹੋ, ਇਸ ਤੋਂ ਇਲਾਵਾ ਹੋਰ ਕੀ? ਬਸ ਕੁਛ ਨਾ ਕੁਛ ਜੀ ਕਰਦੇ ਰਹੀਦਾ, ਫਿਰ ਜਦੋਂ ਫ੍ਰੀ ਟਾਈਮ ਹੋਵੇ, ਆਪਣਾ ਮੋਬਾਈਲ ਸਾਰਿਆਂ ਨਾਲ ਵੱਡਾ ਸਾਥੀ, ਫਿਰ ਆਪਣੇ ਇੱਥੇ ਅਸੀਂ 2-3 ਦੋਸਤ ਹੈ, ਉਹ ਮੈਂ ਦਫ਼ਤਰ ਦੇ ਸਾਹਮਣੇ ਅਸੀਂ ਇੱਕ ਲੋਨ ਬਣਾਇਆ, ਉਹਦੇ 'ਚ ਸੋਸ਼ਲ ਡਿਸਟੈਂਸਿੰਗ ਦਾ ਅਮਲ ਪੈਰਾ ਕਰਦੇ ਹਾਂ, ਕੋਈ 2-2 4-4 ਫੁੱਟ ਦੇ ਫਾਸਲੇ 'ਤੇ ਬਹਿ ਕੇ ਗੱਲਾਂ ਗੁੱਲਾਂ ਕਰ ਰਹੇ ਦਾ ਟਾਈਮ ਲੰਘ ਜਾਂਦਾ ਜੀ। ਤੇ ਜੇ ਆਪਾਂ ਗੱਲ ਕਰੀਏ ਮਤਲਬ ਬਾਕੀ ਪਰਿਵਾਰ ਦੀ, ਬੱਚੇ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਨਾਲ, ਮਤਲਬ ਕਿਉਂਕਿ ਬੱਚਿਆਂ ਦਾ ਆਣਾ ਜਾਣਾ ਸਕੂਲ ਤੇ ਬੱਚੇ ਜਾ ਨਹੀਂ ਰਹੇ, ਤੰਗ ਤੇ ਕਰਦੇ ਹੋਣੇ ਘਰ ਬੈ ਕੇ, ਉਹਨਾਂ ਨੂੰ ਵੀ ਸਮਝਾਉਣਾ ਔਖਾ ਹੋ ਜਾਂਦਾ। ਬਿਲਕੁਲ ਜੀ, ਬੱਚੇ ਘਰ ਤੱਕ ਹੀ ਕੀਤੇ ਆ ਪਾਬੰਦ, ਮੈਂ ਦੂਰ ਕੀਤੇ ਆ, ਘਰ ਤੱਕ ਹੀ ਰਹਿੰਦੇ ਨੇ, ਤੇ ਸ਼ਾਮ ਨੂੰ ਮੈਂ ਕੋਸ਼ਿਸ਼ ਕਰਦਾ ਹੁੰਦਾ ਜਦੋਂ ਸਾਰੇ ਆਪਣੇ ਆਪਣੇ ਘਰਾਂ 'ਚ ਹੁੰਦੇ, ਘਰ ਦੇ ਸਾਹਮਣੇ ਬਿਲਕੁਲ ਪਾਰਕ, ਉਹਨਾਂ ਨੂੰ 10 ਮਿੰਟ ਫਰਾ ਲਈਦਾ ਉੱਥੇ, ਤੇ ਉਹ ਇੰਨੇ ਨਾਲ ਖੁਸ਼ ਹੋ ਜਾਂਦੇ, ਤੇ ਬਾਕੀ ਅੱਜ ਕੱਲ੍ਹ ਕਾਰਟੂਨਾਂ ਦੀ ਸ਼ਾਮਤ ਆਈ ਹੈ, ਮੋਬਾਈਲਾਂ ਦੀ ਸ਼ਾਮਤ ਆਈ ਹੈ, ਮੋਬਾਈਲ ਨਹੀਂ ਛੱਡਦੇ ਨਿਆਣੇ, ਲੱਗੇ ਰਹਿੰਦੇ ਅਸੀਂ ਮੇਰੇ ਆਖੇ ਦਾ ਵੀ ਨਿਆਣੇ ਕਿਸੇ ਨਾ ਕਿਸੇ ਸਾਰੇ ਲੱਗੇ ਰਹਿੰਦੇ, ਤਾਂ ਉਹਨਾਂ ਦਾ ਜ਼ਿਹਨ ਉੱਧਰ ਰਹਿੰਦਾ, ਅਦਰਵਾਈਜ਼ ਤੰਗ ਤੇ ਨਿਆਣੇ ਕਰਦੇ। ਵੈਸੇ ਤੇ ਸ਼ਾਪਿੰਗ ਦਾ ਖਰਚਾ ਵੀ ਘਟ ਗਿਆ ਹੋਣਾ ਹੁਣ, ਮਤਲਬ ਵਾਈਫ ਵੀ ਨਹੀਂ ਕਹਿੰਦੇ ਹੁਣੇ, ਮਤਲਬ ਕੋਈ ਕਹਿ ਨਹੀਂ ਸਕਦਾ ਵੀ ਬਾਹਰ ਜਾਣਾ, ਖਰਚਾ ਤੇ ਘਟ ਹੋਇਆ ਹੀ ਆ। ਮੈਂ ਅੱਗੇ ਕਹਿੰਦਾ ਮੈਂ ਬਾਬਾ ਪਿਛਲੇ 5 ਦਿਨ ਤੋਂ ਮੇਰੀ ਜੇਬ 'ਚ ਕੁਛ ਪੈਸੇ ਆ, ਤੇ ਉਵੇਂ ਦੇ ਉਵੇਂ ਹੀ ਨੇ, ਉਹਨਾਂ ਨੂੰ ਹੱਥ ਹੀ ਲੱਗਾ ਹਾਲੇ ਤੱਕ, ਸੋ ਉਹ ਵੀ ਗੱਲ ਆਪਣੀ ਜਗ੍ਹਾ ਠੀਕ ਹੈ, ਲੇਕਿਨ ਇਹ ਆ ਵੀ ਸਾਨੂੰ ਜਿੰਨੀ ਦੇਰ ਅਸੀਂ ਕੋਈ ਆਪਣੀ ਆਪਣੇ ਆਪ ਤੋਂ ਨਹੀਂ ਸ਼ੁਰੂ ਕਰਾਂਗੇ, ਉਨੀ ਦੇਰ ਤੱਕ ਸਾਡੇ ਕਹਿਣ ਤੱਕ, ਜੇ ਮੈਂ ਲਾਈਵ ਹੋ ਕੇ ਕਹਾਂ ਵੀ ਸਾਰੇ ਘਰਾਂ 'ਚ ਰਹੋ, ਤੇ ਮੈਂ ਆਪ ਬਾਹਰ ਤੁਰਿਆ ਫਿਰਾਂ, ਫਿਰ ਲੋਕਾਂ ਦਾ ਕਹਿਣਾ ਧਿਆਨ ਆਪ ਨੂੰ ਤੁਰਿਆ ਫਿਰਦਾ, ਲੋਕਾਂ ਨੂੰ ਕਹਿਣਾ ਇੱਥੇ ਸਟੇ ਹੋਮ ਤੇ ਸਟੇ ਸੇਫ, ਸੋ ਉਹਦੇ ਲਈ ਵੀ ਪਹਿਲਾਂ ਆਪਣੇ ਆਪ ਤੇ ਵੀ ਥੋੜਾ ਜਿਹਾ ਕੰਟਰੋਲ ਕਰਨਾ ਪੈਂਦਾ। ਜੀ ਜੀ, ਨਾਸਿਰ ਜੀ ਸਾਡੇ ਨਾਲ ਪੂਰੀ ਗੱਲਬਾਤ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਬਾਰ ਬਾਰ ਤੁਹਾਡੇ ਕੋਲ ਪਾਕਿਸਤਾਨ ਦੇ ਹਾਲਾਤ ਪੁੱਛਣ ਲਈ ਆਉਂਦੇ ਰਹਾਂਗੇ, ਕਿਉਂਕਿ ਦੋਵੇਂ ਪੰਜਾਬਾਂ ਦਾ ਕੰਸਰਨ ਹੈ, ਲਹਿੰਦੇ ਪੰਜਾਬ ਦਾ ਵੀ, ਚੜ੍ਹਦੇ ਪੰਜਾਬ ਦਾ ਵੀ, ਦੋਨੋਂ ਦੇਸ਼ਾਂ ਦਾ ਕੰਸਰਨ ਹੈਗਾ, ਕਿਉਂਕਿ ਜਦੋਂ ਜਾਨ ਜਾਂਦੀ ਹੈ ਤਾਂ ਫਿਰ ਦਰਦ ਜਿਹੜਾ ਹੈ ਉਹ ਸਾਂਝਾ ਹੀ ਹੁੰਦਾ ਸੀ। ਬਿਲਕੁਲ ਬਿਲਕੁਲ ਬਿਲਕੁਲ, ਦੇਖੋ ਜੀ ਐਂਡ ਤੇ ਅਖੀਰ ਤੇ ਪ੍ਰੋਗਰਾਮ ਦੀ ਮੈਂ ਅੱਗੇ ਵੀ ਕੱਲ ਪਰਸੋਂ ਵੀ ਗੱਲ ਕੀਤੀ ਸੀ ਪ੍ਰੋਗਰਾਮ ਦੀ ਰਾਹੀਂ, ਤੇ ਹੁਣ ਮੈਂ ਪੁੱਛਣਾ ਚਾਹਾਂਗਾ ਦੋਵਾਂ ਗਵਰਨਮੈਂਟਾਂ ਨੂੰ, ਦੋਵਾਂ ਸਰਕਾਰਾਂ ਨੂੰ, ਆਪਣੇ ਖਾਸ ਤੌਰ ਤੇ ਇੰਡੀਆ ਪਾਕਿਸਤਾਨ ਨੂੰ, ਹੁਣ ਤੁਹਾਡਾ ਅਸਲਾ ਖਰੀਦਾ ਸਾਡੇ ਕੰਮ ਆਇਆ ਕਿ ਤੁਹਾਡਾ ਕਿੱਧਰ ਗਿਆ, ਕਿਉਂ ਨਹੀਂ ਸਾਡੇ ਕੰਮ ਆਇਆ ਜੀ, ਜੇ ਅਸੀਂ ਇਹੋ ਹੀ ਤਾਲੀਮ ਤੇ ਪੈਸੇ ਲਾਏ ਹੁੰਦੇ, ਸਿਹਤ ਤੇ ਲਾਏ ਹੁੰਦੇ, ਹਸਪੀਟਲ ਬਣਾਏ ਹੁੰਦੇ, ਲੋਕਾਂ ਨੂੰ ਵੈਲ ਐਜੂਕੇਟ ਕੀਤਾ ਹੁੰਦਾ, ਤੇ ਸਾਨੂੰ ਅੱਜ ਇਹ ਦਿਨ ਨਾ ਵੇਖਣੇ ਪੈਂਦੇ ਜੀ, ਤੇ ਅਸੀਂ ਸਾਰਾ ਪੈਸਾ ਬੰਦੂਕਾਂ ਅਸਲੇ ਬਣਾਉਣ ਤੇ ਲਾਤਾ, ਬਾਰਡਰ ਖੜੇ ਕਰਨ ਤੇ ਲਾਤਾ, ਹਾਂ ਸੋ ਹੁਣ ਮਾਰ ਕੇ ਵਿਖਾਓ ਉਹਨਾਂ ਦੇ ਨਾਲ, ਸੋ ਹੁਣ ਵੀ ਸਾਨੂੰ ਸਮਝਣ ਦੀ ਲੋੜ ਹੈ ਕਿ ਆਪਾਂ ਇਹਨਾਂ ਗੱਲਾਂ 'ਚ ਬਾਹਰ ਆ ਕੇ ਇੱਕ ਅੱਛੇ ਤਰੀਕੇ ਦੇ ਨਾਲ, ਬਿਲਕੁਲ ਜਿਵੇਂ ਪੂਰੀ ਦੁਨੀਆ ਚੱਲਦੀ ਉਹ ਉਸ ਤਰ੍ਹਾਂ ਚੱਲੀਏ, ਵਿੱਚ ਇੱਕ ਨਜ਼ਰ ਦਾ ਜਿਹੜਾ ਸਾਡਾ ਵੇਖਣ ਦਾ ਸਟਾਈਲ ਹੈ ਉਹਨੂੰ ਬਦਲ ਲਈਏ, ਜੇ ਆਪਾਂ ਆਖੀਏ ਵੀ ਉਹ ਸਾਡੇ ਦੁਸ਼ਮਣ ਨੇਗੇ, ਆਖੀਏ ਸਾਡੇ ਗੁਆਂਢੀ ਹੈ, ਅਤੇ ਗੁਆਂਢੀਆਂ ਦੇ ਕੀ ਹਕੂਕ ਨੇ, ਕੀ ਹੱਕ ਨੇ, ਉਹਨਾਂ ਨੂੰ ਮੱਦੇਨਜ਼ਰ ਰੱਖੀਏ, ਅਤੇ ਅਸੀਂ ਬਿਲਕੁਲ ਦੂਜਿਆਂ ਮੁਲਕਾਂ ਦੇ ਨਾਲ ਚੱਲ ਸਕਦੇ। ਬਹੁਤ ਮਿਹਰਬਾਨੀ, ਸ਼ੁਕਰੀਆ ਤੁਹਾਡਾ ਜੀ, ਬਹੁਤ ਬਹੁਤ ਮਿਹਰਬਾਨੀ।